ਹੁਣ ਤਾਂ ਹੱਥ ਜੋੜ ਕੇ ਬੇਨਤੀ ਵਾਲੀ ਗੱਲ ਹੀ ਆ, ਆ ਜਾਓ ਬਾਕੀ ਜਗਾ ਲਓ ਜ਼ਮੀਰਾਂ ਜੇ ਵੀ ਜਾਂਦਾ ਵਿਲਾ ਵਾ ਲੱਤ ਟੁੱਟੀ ਉਹਦੀ ਨਹੀਂ ਤੀਨ ਚੀਜ਼ ਹੈਗੀ ਭਾਜੀ ਮਹਿਮਾਨ ਹੈਲੋ ਗਾਇਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਰੈਕ ਹਬ ਆਓ ਦਿਲ ਦਾ ਨਹੀਂ ਮਾੜਾ ਮੇਰਾ ਸਿੱਧੂ ਮੂਸੇ ਵਾਲਾ ਆਓ ਸਿੱਧੂ ਮੂਸੇ ਵਾਲਾ ਦੇਖ ਅੱਖ ਕਿੰਨੀ ਮੇਰ ਤੇਰਾ ਜਵਾਨ ਜੁੜਦਾ ਮੇਰਾ ਖਾਬ गल अगे तक जाऊगी यार आज ਹੁਣ ਤਾਂ ਹੱਥ ਜੋੜ ਕੇ ਬੇਨਤੀ ਵਾਲੀ ਗੱਲ ਹੀ ਆ ਆਜੋ ਬਾਕੀ ਜਗਾ ਲਓ ਜ਼ਮੀਰਾਂ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਆ ਜਾਂ ਜਿਹੜੇ ਨਿਊ ਸਬਸਕ੍ਰਾਈਬਰ ਵੀ ਜੋ ਦੇਖਦੇ ਆ ਵੀਡੀਓ ਵੀਰੇ ਭਰਾਵਾਂ ਨੂੰ ਭੈਣਾਂ ਨੂੰ ਰਿਕੁਐਸਟ ਆ ਪਲੀਜ਼ ਟਵਿੱਟਰ ਦੇ ਉੱਤੇ ਆਓ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਹੈਸ਼ਟੈਗ ਯੂਜ਼ ਕਰੋ ਤੁਹਾਡੇ ਟਵੀਟ ਕਰਨ ਨਾਲ ਬਹੁਤ ਹੈਲਪ ਮਿਲੂਗੀ ਸਿੱਧੂ ਬਾਈ ਦੀ ਫੈਮਿਲੀ ਨੂੰ ਕਿਉਂਕਿ ਹੁਣ ਤੁਹਾਨੂੰ ਹੀ ਪਤਾ ਕਿ ਹਸਪੀਟਲ ਦੇ ਵਿੱਚ ਨੇ ਉਹ ਸਹੀ ਗੱਲ ਇੱਕ ਦੋ ਵਾਰ ਚਲੇ ਗਏ ਉਸ ਤੋਂ ਬਾਅਦ ਆ ਥੋੜੇ ਦਿਨਾਂ ਦੇ ਵਿੱਚ ਹਨਾ ਤਾਂ ਕਿੰਨਾ ਸਟ੍ਰੈਸ ਲੈਵਲ ਹੋਊਗਾ ਜਾਂ ਕਿੰਨੇ ਟੈਨਸ਼ਨਸ ਹੋਣਗੇ ਉਹਨਾਂ ਨੂੰ ਯਾਰ ਆਜੋ ਬਾਈ ਇੱਕ ਵਾਰ ਫੀਲ ਕਰਕੇ ਜਿਹੜੇ ਭੌਂਕਣ ਵਾਲੇ ਨੇ ਬਕਵਾਸ ਕਰਨ ਵਾਲੇ ਨੇ ਠੀਕ ਆ ਉਹ ਕਰੀ ਜਾਣ ਦੋ ਉਹਨਾਂ ਦੀ ਆਪਾਂ ਨੂੰ ਪਰਵਾਹ ਨਹੀਂ ਹੈਗੀ ਇਹੋ ਜਿਹੇ ਖੱਚ ਬੜੇ ਹੁੰਦੇ ਨੇ ਠੀਕ ਆ ਬਾਈ ਨਿਕਲੀ ਉਹਨਾਂ ਦੀ ਟੈਨਸ਼ਨ ਨਾ ਲਓ ਆਪਣੀ ਜ਼ਮੀਰਾਂ ਜਗਾ ਲਓ ਆਜੋ ਟਵਿੱਟਰ ਦੇ ਉੱਤੇ ਆਪਾਂ ਤੁਹਾਨੂੰ ਗਰੁੱਪ ਦੇ ਵਿੱਚ ਜੇ ਐਡ ਹੋਣਾ ਹੈ ਕਰਾ ਦੂੰਗਾ ਮੈਂ ਜਸਟਿਸ ਵਾਲਾ ਗਰੁੱਪ ਸਿੱਧੂ ਬਾਈ ਦਾ ਬਣਿਆ ਹੋਇਆ ਉਹ ਚ ਭੈਣ ਭਰਾ ਸਾਰੇ ਐਡ ਨੇ ਆਜੋ ਤੇ ਆਪਾਂ ਟਵਿੱਟਰ ਦੀ ਜਿਹੜੀ ਹੈਸ਼ਟੈਗ ਵਾਲੀ ਮੁਹਿੰਮ ਇਹਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਅਲਵੇਲਾ ਟੀਵੀ ਪਾਰਟ 2 ਬਰਤਨ ਸ਼ੌਪ ਸਲੀਮ ਅਲਵੇਲਾ ਭਾਜੀ ਗੋਗਾ ਪਸਰੂ ਦੀ ਜਿਨ੍ਹਾਂ ਨੇ ਪਹਿਲਾ ਪਾਰਟ ਨਹੀਂ ਦੇਖਿਆ ਜਾ ਕੇ ਜ਼ਰੂਰ ਚੈੱਕ ਕਰਿਓ ਤੇ ਬਾਕੀ ਵੀਡੀਓਜ਼ ਵੀ ਇਹਨਾਂ ਦੀ ਕੀਤੀਆਂ ਹੋਈਆਂ ਨੇ ਅਪਲੋਡ ਉਹ ਵੀ ਜ਼ਰੂਰ ਚੈੱਕ ਕਰਿਓ ਜਾ ਕੇ ਵੱਧ ਦਿਆ ਵੀਡੀਓ ਵਾਲ ਸਟੇ ਟਿਊਨ ਕਰਦੀ ਸ਼ੁਰੂ ਲੈਟਸ ਸੀ ਚੌਲ ਆ ਇਹ ਅੱਗੇ ਵੀ ਦੱਸਿਆ ਤੁਸੀਂ ਭਾਜੀ ਲੂਣੇ ਦੱਸੇ ਆ ਨਾ ਅੱਛਾ ਜੀ ਮੈਂ ਕਿਹਾ ਬਦਲੀ ਉਹੀ ਦੋ ਵਾਰੀ ਪਕਾਉਣੇ ਤੁਸੀਂ ਮਿੱਠੇ ਚੌਲ ਆ ਤੇ ਲੂਣੇ ਚੌਲ ਆ ਹਾਂ ਤੇ ਚਾਹ ਵਾ ਤੇ ਚਾਹ ਵਾ ਆਹੋ ਤੇ ਨਾਲ ਉਹ ਪਾਣੀ ਛਾਣੀ ਫਿਰ ਆਪੇ ਮੌਜਾਂ ਕਰਨ ਪਰਾਉਣੇ ਉਹ ਤਾਂ ਖੁੱਲਾ ਹੀ ਹੋਣਾ ਮੈਨੂੰ ਪਤਾ ਵਾ ਉਹਦੇ ਤੁਸੀਂ ਪੈਰ ਛੱਡ ਦੇਣਾ ਜਾਂਦੀਆਂ ਤੇ ਤੇ ਪੁਸ਼ਾਦੀ ਫਿਰ ਨੇ ਇੱਕ ਚਾਹੀਦਾ ਭਾਈ ਉਹ ਸ਼ਾਦੀ ਹਾਲ ਕਰਾਇਆ ਜਾਂ ਬਾਹਰ ਹੀ ਕਿਤੇ ਨਹੀਂ ਭਾਈ ਉਹ ਸ਼ਾਦੀ ਹਾਲ ਵਾਲੇ ਤੁਹਾਨੂੰ ਪਤਾ ਪੈਸੇ ਬਹੁਤ ਲੈਂਦੇ ਆ ਗਰੀਬ ਆਦਮੀ ਆ ਸਾਨੂੰ ਤੇ ਜਹੇਜ਼ ਵਾਸਤੇ ਉਹਨਾਂ ਨੇ ਫਸਾਇਆ ਪਿਆ ਵਾ ਮੁੰਡੇ ਵਾਲਿਆਂ ਨੇ ਕਹਿੰਦੇ ਜੀ ਆਹ ਚੀਜ਼ ਚਾਹੀਦੀ ਸਾਨੂੰ ਇਹ ਜਹੇਜ਼ ਮੰਗਣ ਵਾਲਿਆਂ ਤੇ ਮੈਨੂੰ ਬਹੁਤ ਗੁੱਸਾ ਵਾ ਵੀ ਬਗੈਰ ਤੋਂ ਜਿਹਨੇ ਧੀ ਦੇਤੀ ਪਿੱਛੇ ਕੀ ਰੱਖ ਲਿਆ ਤੂੰ ਕਹਿੰਦਾ ਉਹਨਾਂ ਨੂੰ ਸਾਨੂੰ ਕਹਦਾ ਬਗੈਰ ਤੇਰੀ ਫੇਵਰ ਕਰਨ ਦੇ ਨਹੀਂ ਉਹ ਸਾਡੇ ਯਾਰ ਰਿਸ਼ਤੇਦਾਰ ਆ ਸਾਡਾ ਜਵਾਈ ਬਣਨ ਵਾਲਾ ਵਾ ਸਾਰੀ ਜ਼ਿੰਦਗੀ ਧੀਆਂ ਨੂੰ ਬੰਦਾ ਦਿੰਦਾ ਹੀ ਆ ਉਹ ਤਾਂ ਮੂੰਹ ਫਾੜ ਕੇ ਮੰਗ ਲੈਂਦੇ ਨਹੀਂ ਹੁਣ ਤੁਹਾਨੂੰ ਪਤਾ ਨਵੀਂ ਨਵੀਂ ਓਬੜ ਜਗ੍ਹਾ ਤੇ ਰਿਸ਼ਤੇਦਾਰੀ ਕੀਤੀ ਆ ਜਹੇਜ਼ ਤੇ ਸਾਨੂੰ ਦੇਣਾ ਹੀ ਪੈਣਾ ਜਿੰਨਾ ਮਰਜ਼ੀ ਮੈਂ ਔਖਾ ਹੋਣਾ ਤੂੰ ਉਹਨਾਂ ਨੇ ਕਿਹਾ ਜੀ ਮੈਂ ਹੌਲੀ ਹੌਲੀ ਦੇਈ ਜਾਵਾਂਗਾ ਐਵੇਂ ਇੱਕ ਪਤੀਲਾ ਦੇ ਦੇ ਫਿਰ 6 ਪਲੇਟਾਂ ਦੇਤੀਆਂ ਫਿਰ 2 ਪਲੇਟਾਂ ਦੇਤੀਆਂ ਇੱਕ ਟਿਫਨ ਦਿਖਾਓ ਜਿਹੜਾ ਨਾ ਕਿਹੜਾ ਜਿਹੜਾ ਰੋਟੀ ਵਾਲਾ ਡੱਬਾ ਹੁੰਦਾ ਵਾ ਮੁੰਡਾ ਕੰਮ ਤੇ ਵੀ ਜਾਂਦਾ ਵਿਹਲਾ ਵਾ ਲੱਤ ਟੁੱਟੀ ਉਹਦੀ ਨਹੀਂ ਤੇ ਕੀ ਕਰਦਾ ਹਾਂਜੀ ਕੀ ਕਰਦਾ ਉਹ ਹੈਲੋ ਭਾਈ ਇਹ ਦੇਖ ਲਓ ਡੱਬਾ ਤੇ ਭਾਈ ਅੱਛਾ 1 2 3 4 ਇਹਦੇ 'ਚ ਮੁੰਡੇ ਨੂੰ ਚੌਲ ਪਾ ਦਿਓ ਲੂਣੇ ਇਹਦੇ 'ਚ ਮਿੱਠੇ ਪਾ ਦਿਓ ਇਹਦੇ 'ਚ ਚਟਨੀ ਪਾ ਦਿਓ ਉੱਤੇ ਰੋਟੀਆਂ ਰੱਖ ਚੱਲ ਐਡਾ ਕਾਹਦਾ ਟੀਚਰ ਬਣਦਾ ਵਾ ਸੋਟੀ ਥੱਲੇ ਦਾ ਪਾ ਲਾਂਗੇ ਅਸੀਂ ਜੋ ਕੁਛ ਟਿਫਨ ਟੁਫਨ ਦਾ ਹੁਣ ਰਿਵਾਜ ਕੋਈ ਨਹੀਂ ਹੈਗਾ ਨਹੀਂ ਨਹੀਂ ਭਾਜੀ ਇਹ ਇੱਥੇ ਬੰਦੇ ਨੇ ਸਾਲਣ ਪਾਇਆ ਹੋਵੇ ਇੱਥੇ ਚਾਵਲ ਪਾਏ ਹੁਣ ਪਰਾਠੇ ਹੁਣ ਥੱਲੇ ਆਂਡਾ ਹੋਵੇ ਬੰਦਾ ਆਰਾਮ ਨਾਲ ਇੰਜ ਕਰਕੇ ਫੜ ਕੇ ਤੇ ਕੰਮ ਤੇ ਜਾਂਦਾ ਵਿਆ ਜਾ ਕੰਮ ਤੇ ਹਜੇ ਇਹ ਮੁੰਡੇ ਨੂੰ ਦੇਣਾ ਤੂੰ ਇੱਥੇ ਮੈਂ ਦੁਕਾਨ 'ਚ ਹੀ ਆ ਮੈਂ ਕਿਹੜਾ ਬਾਹਰ ਚੱਲਾਂ ਮੈਂ ਇਹਦੇ ਵੀ ਇੱਦਾਂ ਹੀ ਬੰਦਾ ਇੱਕ ਕਰਦਾ ਕਰਦਾ ਡੱਬਾ ਲੈ ਗਿਆ ਸਾਡਾ ਲੈਣਾ ਤਾਂ ਕਰ ਦਈਏ ਹਾਂਜੀ ਭਾਈ ਇੱਕ ਡੱਬਾ ਵੀ ਕਰ ਅੱਛਾ ਆਹ ਤਾਂ ਹੋ ਗਿਆ ਮੁੰਡੇ ਵਾਸਤੇ ਹਾਂਜੀ ਹਾਂਜੀ ਆਹ ਮੁੰਡੇ ਦੇ ਸਹੁਰੇ ਵਾਸਤੇ ਵੀ ਲੈ ਜਾਓ ਇੱਕ ਦਾ ਕੀ ਗੱਲ ਹੈ ਜੀ ਹੁਣ ਆਹੋ ਨਮਾਜ਼ ਨਮੂਜ਼ ਪੜ੍ਹਨੀ ਹੁੰਦੀ ਕਿਤੇ ਕੋਈ ਲੋਟਾ ਹੈਗਾ ਨਹੀਂ ਹੁਣ ਤੇ ਤੁਹਾਨੂੰ ਪਤਾ ਉਹ ਰਿਵਾਜ ਹੀ ਨਹੀਂ ਰਹੇ ਮੁਸਲਮ ਸ਼ਾਮਰ ਚੱਲ ਪਏ ਟੁੱਟੀ ਟੂਟੀਆਂ ਟਾਟੀਆਂ ਲੱਗੀਆਂ ਵੈਸੇ ਹੀ ਲੈ ਜਾਓ ਚਲੋ ਠੀਕ ਆ ਜੀ ਫਿਰ ਉਹ ਹੈਲੋ ਮੈਂ ਵੈਸੇ ਗੱਲ ਕੀਤੀ ਆ ਮੈਂ ਕਹਿੰਦਾ ਕਿ ਜਦੋਂ ਵਿਆਹ ਗਿਆ ਹੋਣਾ ਉਤੋਂ ਲੋਟਾਂ ਨਹੀਂ ਮਾਰਦੀਆਂ ਅੱਜ ਕਰਕੇ ਇੰਜ ਹਾਂਜੀ 2-7 ਵਾਰੀ ਹਾਂਜੀ ਫਿਰ ਇਹ ਥੋੜ੍ਹਾ ਜਿਹਾ ਪਿਉਣ ਉਹ ਯਾਰ ਹੋ ਗਿਆ ਮੈਨੂੰ ਕਾਹਦਾ ਘੁੱਟ ਲਵਾਉਣਾ ਮੁੰਡੇ ਵਾਲੇ ਇਹ ਆਈਟਮ ਕਰਦੇ ਆ ਤੋ ਮੈਂ ਡਿਨਰ ਸੈੱਟ ਚਲੋ ਡਿਨਰ ਸੈੱਟ ਦਿਖਾ ਦੇ ਉਹ ਉੱਤੇ ਆ ਜਾਓ ਹਾਂਜੀ ਉੱਤੇ ਚੀਜ਼ਾਂ ਹੈਗੀਆਂ ਸਾਡੇ ਆ ਜਾਓ ਆ ਜਾਓ ਐਡਵਰਟਾਈਜ਼ਮੈਂਟ ਪ੍ਰੋਪਰ ਕਿੱਥੇ ਜਾਣਾ ਭਾਈ ਹਾਂਜੀ ਕਿੱਥੇ ਜਾਣਾ ਉੱਪਰ ਭਾਈ ਉੱਪਰ ਆ ਜਾਓ ਹਜੇ ਤਾਂ ਤੁਸੀਂ ਹੋਰ ਉੱਤੇ ਜਾਣਾ ਹਾਂਜੀ ਇੱਧਰ ਆਓ ਭਾਜੀ ਬੱਚੀ ਨੂੰ ਹਮੇਸ਼ਾ ਬੜਾ ਔਖਾ ਕੰਮ ਆ ਭਾਜੀ ਕਿ ਸਹੁਰੇ ਜਿਹੜੇ ਨਾ ਫਿਰ ਗੱਲਾਂ ਕਰਦੇ ਟਗੇ ਟਗੇ ਦੀਆਂ
ਉਹਨਾਂ ਨੂੰ ਹਮੇਸ਼ਾ ਅੱਛੀ ਚੀਜ਼ ਦਿਓ। ਉੱਥੇ ਬੜੀਆਂ ਹੁੰਦੀਆਂ ਜਿਹੜੀਆਂ ਧੀਆਂ ਵਾਲਿਆਂ ਵਾਸਤੇ ਸੱਸਾਂ ਸੱਸਾਂ ਨਹੀਂ ਰਹਿਣ ਦਿੰਦੀਆਂ। ਇਸ ਲਈ ਮੈਂ ਕਹਿੰਦਾ ਇਸ ਦੌਰ ਦੇ ਵਿੱਚ ਧੀਆਂ ਵਿਆਹਣੀਆਂ ਬਹੁਤ ਮੁਸ਼ਕਿਲ ਆ, ਬਹੁਤ ਔਖਾ ਕੰਮ ਹੋਇਆ ਜੀ ਧੀਆਂ ਭੈਣਾਂ ਨੂੰ ਵਿਆਹਣਾ। ਭਾਈ ਉਹ ਗਰਮ ਮਸਾਲੇ ਵਾਲਾ ਸੈੱਟ ਨਹੀਂ ਹੁੰਦਾ, ਉਹ ਵੀ ਦਿਖਾਇਓ। ਕੀ ਗੱਲ, ਮੁੰਡੇ ਨੇ ਜਖਣੀ ਲਾਉਣੀ ਯਾਰ, ਲਾਵੇ ਜੋ ਮਰਜ਼ੀ ਤੇਰਾ ਕੰਮ। ਕੀ ਹੈ ਜਵਾਈ ਆਪਣਾ, ਇਹ ਦੇਖ ਲਓ ਭਾਜੀ, ਇਹ ਪੂਰਾ ਸੈੱਟ ਹੈਗਾ। ਇਹ ਇੱਕ ਆਹ ਵੀ ਆ, ਆਹ ਦੇਖੋ ਇਹ ਵੀ ਆ, ਆਹ ਦੇਖ ਲਓ, ਹੈਂ ਹੋਰ ਵੇਖ ਲਓ। ਇਹ ਠੀਕ ਆ ਭਾਈ, ਹੈਂਜੀ ਇਹਦਾ ਕਲਰ ਵੀ ਠੀਕ ਆ, ਇਹ ਠੀਕ ਹੈ ਜੀ, ਲੱਗਦਾ ਸੇਫ ਅਲਮਾਰੀ 'ਚ ਡੱਬੇ ਰੱਖੇ ਆ। ਨਹੀਂ ਇੱਦਾਂ ਹੀ ਤੁਸੀਂ ਦੀਵਾਰ ਦੇ ਨਾਲ ਲਾ ਦੇਣਾ ਨਾ ਇਹਨੂੰ, ਹੈਂਜੀ ਅੱਛਾ ਜੀ। ਸੇਫ ਅਲਮਾਰੀ ਦੀਵਾਰ ਕਿ ਨਹੀਂ, ਗਰਾਊਂਡ 'ਚ ਰਹਿੰਦੇ ਆ, ਹਾਲਾਤ ਤਾਂ ਇੰਜ ਦਾ ਹੀ ਲੱਗਣ ਦਾ। ਲਾ ਲਈਆਂ ਤੂੰ ਆਇਓ ਨਾ, ਹਾਂ ਇਹੀ ਲੋ ਦੀਵਾਰ ਇਹੀ ਕਹਿੰਦਾ ਗਰਾਊਂਡ 'ਚ ਰਹਿੰਦੇ ਆ ਸਿਰਾ ਬਾਈ ਘੈਂਟ ਯਾਰ ਜੀ। ਲਾ ਲਈਆਂ ਡਿਨਰ ਸੈੱਟ ਭਾਜੀ ਕੋਈ ਦਿਖਾਓ ਚੰਗਾ ਜਿਹਾ। ਇਹ ਭਾਜੀ ਸਾਰੇ ਡਿਨਰ ਸੈੱਟ ਲੱਗੇ ਆ, ਇਹ ਦੇਖ ਲਓ ਭਾਜੀ, ਇਹ ਦੇਖ ਲਓ ਬੜੇ ਚੰਗੇ ਲੱਗੇ ਡਿਨਰ ਸੈੱਟ, ਮਨ ਤੁਹਾਡੇ ਸਹੁਰਿਆਂ ਨਾਲੋਂ ਚੰਗੇ ਆ, ਜਿੱਥੇ ਧੀ ਵਿਆਹੁਣ ਲੱਗੇ ਨਾ ਉਹਨਾਂ ਨਾਲੋਂ ਚੰਗੇ ਆ ਡਿਨਰ ਸੈੱਟ। ਸਾਡੇ ਕੀ ਲੰਗੜੇ ਆ ਸਾਰੇ ਸਹੁਰੇ ਕੁੜੀ ਦੇ? ਨਹੀਂ ਇਹ ਦੇਖੋ ਨਾ ਕਿਹੜਾ ਕਿਹੜਾ ਖੂਬਸੂਰਤ ਡਿਜ਼ਾਈਨ ਲੱਗਾ ਭਾਜੀ। ਇਹ ਕਿੰਨੇ ਕੁ ਦਾ ਮੈਨੂੰ ਇੱਥੇ ਹੀ ਦੱਸ ਦਿਓ ਭਾਈ ਨੇ, 72 ਪੀਸ ਦਾ, 72 ਪੀਸ ਆ ਫੇਸ ਓਟੀ ਤੇਰੀ ਨਾ ਹੱਥ ਦਾ ਵੱਜ, ਸੌਰੀ ਜੀ 72 ਪੀਸ ਆ ਭਾਜੀ, ਇਹ 72 ਹਾਂਜੀ ਇਹ ਪਸੰਦ ਆ ਜੀ ਮੈਂ ਭਾਜੀ, ਗੌਰ ਨਾਲ ਵੇਖ ਲਵੋ ਬਾਅਦ 'ਚ ਮੈਂ ਨਹੀਂ ਕੋਈ ਮੋੜਦਾ। ਆਹ ਦੇਖ ਆਹ ਕੀ ਹੋਇਆ, ਗਾਹਕਾਂ ਨੂੰ ਇੰਜ ਹੀ ਮੋੜਨਾ ਪੈਂਦਾ। ਅਗਰ ਤੁਸੀਂ ਆਹ ਲੈ ਲਓ ਨਾ ਬਲੈਕ, ਇਹ ਵਧੀਆ ਹੈ, ਲੇਕਿਨ ਇਹ ਤੁਹਾਡੇ ਨਾ ਹੱਥਾਂ 'ਚ ਪਤਾ ਨਹੀਂ ਲੱਗਣਾ। ਉਹ ਯਾਰ ਮੈਂ ਆਪਣੇ ਘਰ ਵਾਸਤੇ ਲੈਣਾ ਵਾ ਅਤੇ ਕੁੜੀ ਭੈਣ ਨੂੰ ਦੇਣਾ ਵਾ, ਰੰਗ ਰੰਗ ਕਿਹੜਾ ਤੂੰ ਸ਼ੇਖਾ ਲਵਿਆਉਣ ਲੱਗਾ, ਉਹ ਵੀ ਇੱਦਾਂ ਦੇ ਹੋਣੇ। ਦੇਖ ਲਓ ਭਾਜੀ ਧਿਆਨ ਨਾਲ, ਭਾਜੀ ਸੁੱਟ ਨਾ ਦੇਣਾ, ਇੱਕ ਵੀ ਪਲੇਟ ਟੁੱਟ ਗਈ ਮੈਂ ਤੁਹਾਨੂੰ ਬੰਨ ਲੈਣਾ ਇੱਥੇ। ਬਿਹਤਰੀਨ ਚੀਜ਼ ਹੈਗੀ ਭਾਜੀ ਮਹਿਮਾਨ, ਇਹ ਕੀ ਹੋ ਰਿਹਾ ਭਾਜੀ, ਉਹ ਕੋਈ ਟੇਸਟ ਨਹੀਂ ਹੈ ਇੰਨਾ ਭਾਜੀ, ਪਲੇਟ ਖਾਣੀ ਹੈ ਵਿੱਚ ਕੁਛ ਪਾਏਗਾ ਤੇ ਉਹਦਾ ਟੇਸਟ ਹੋਏਗਾ, ਇਹ ਤਾਂ ਬਰਤਨ ਹੈ ਇਹਦੇ 'ਚ ਕੁਛ ਪਾਉਣਾ ਤੇ ਟੇਸਟ ਆਉਣਾ ਤੈਨੂੰ ਭਾਜੀ, ਚੀਨੀ ਦਾ ਜਾਂ ਤੂੰ ਆਹ ਫੁੱਲ ਖਾਣਾ ਵਿੱਚ ਜਿਹੜੇ ਲੱਗੇ ਫੁੱਲ ਖਾਣਾ ਭਾਜੀ, ਆਪਣਾ ਵੀ ਚੀਨੀ ਦਾ ਕੋਈ ਸਵਾਦ ਹੁੰਦਾ ਵਾ, ਪਲੇਟ ਨਾ ਡੂੰਗੀ ਨਹੀਂ ਗੀ ਜਿਹੜਾ ਨਾ ਚੌਲ ਡੂੰਗੀ, ਤੂੰ ਡੁੱਬ ਕੇ ਮਰਨਾ ਵਿੱਚ ਡੂੰਗੀ, ਜਿੱਦਾਂ ਚੌਲ ਨਹੀਂ ਬੰਦਾ ਐਂ ਕਰਕੇ ਗੋਲਾ ਪੂਰਾ ਬਣਾ ਕੇ ਥਰਮਾਸ ਹਾਂਜੀ ਚਾਹ ਵਾਸਤੇ ਨਾ, ਥਰਮੋਸ ਹੁੰਦਾ ਸਨੀ, ਥਰਮੋਸ ਫੜ ਕੇ ਲਿਆਓ ਜਰਾ, ਤੇ ਥੱਲੋਂ ਦੋ ਤਿੰਨ ਇੱਟਾਂ ਵੀ ਲਿਆਓ ਰੱਖਣੀਆਂ, ਇੰਜ ਨੂੰ ਹੋਏ ਡੱਬੇ ਯਾਰ, ਤੂੰ ਡਰ ਹੀ ਗਿਆ ਸਨੀ, ਲਿਆ ਯਾਰ ਇਹ ਭਾਜੀ ਇੱਥੇ। ਇਹ ਮੁੰਡਾ ਤੁਰ ਫਿਰ ਕੇ ਚਾਹ ਵੇਚਦਾ ਜੀ, ਥਰਮਸ ਲੈ ਰਹੇ ਹੋ, ਇਹ ਦੇਖ ਲਓ ਭਾਈ ਸਨੀ, ਸਭ ਤੋਂ ਜ਼ਿਆਦਾ ਆਪਣਾ ਕਿਹੜਾ ਚੱਲ ਰਿਹਾ ਇਸ ਵੇਲੇ ਆਈਟਮ, ਜਿਹੜਾ ਧੀ ਭੈਣ ਨੂੰ ਦੇਣਾ ਨਾ, ਅਤੇ ਅਗਲੇ ਤੇਰੇ ਸਹੁਰੇ ਜਿਹੜੇ ਕੁੜਮ ਕੁੜਮ ਕਹਿੰਦੇ ਉਹਨਾਂ ਨੂੰ, ਕੁੜਮ ਕਹਿੰਦੇ ਤੇਰੇ ਕੁੜਮ ਕਹਿਣਗੇ ਕਿ ਕਿੱਥੋਂ ਲਿਆਇਆ ਭਾਂਡੇ, ਇਹ ਦੇਖ ਇਹ ਤੂੰ, ਤੇਰੇ ਕੁੜਮ ਤੈਨੂੰ ਕਹਿਣਗੇ ਵੀ ਕਿੱਥੋਂ ਲਿਆਇਆ, ਅਤੇ ਉਹਨੂੰ ਦੱਸਣਾ ਵੀ ਮਾਸ਼ਾਲਾ ਵਾਲੇ ਸਰਗੋਦਾ ਕਾਰਖਾਨਾ ਬਾਜ਼ਾਰ। ਕਹਿੰਦੇ ਸੀ ਭਾਜੀ ਕਿੰਨੀ ਚਾਹ ਪੈ ਜਾਂਦੀ ਭਾਈ, ਜਿੰਨੀ ਤੇਰੇ 'ਚ ਤੁਫੀਕ ਹੈ ਇਹ 'ਚ ਇੰਨੀ ਵੀ ਪੈ ਜਾਂਦੀ ਆ, ਅਤੇ ਵੈਸੇ ਤਾਂ 10 ਕੱਪ ਹੀ ਹੈ, 10 ਕੱਪ ਪੈ ਜਾਂਦੇ ਭਾਜੀ। ਅਤੇ ਦੁੱਧ ਪੱਤੀ ਕਿੰਨੀ ਪੈਂਦੀ ਆ? ਉਹ ਯਾਰ ਦੁੱਧ ਪੱਤੀ ਚਾਹ ਹੀ ਹੁੰਦੀ ਆ, ਤੇਰੇ ਦੁੱਧ ਪੁੱਤ ਦੀ ਖੈਰ ਹੋਵੇ, ਕਿਸੇ ਸਿਆਣੇ ਨੂੰ ਲੈ ਆ ਨਾਲ ਯਾਰ, ਦੁੱਧ ਪੁੱਤ ਦੀ ਖੈਰ ਸੈੱਟ ਦੀ ਪਲੇਟ ਵਰਗਾ ਮੂੰਹ ਆ, ਕਿਉਂ ਖਪਾ ਰਿਹਾ ਯਾਰ, ਥੱਲੋਂ ਉੱਤੇ ਮੈਨੂੰ ਖੱਲੀਆਂ ਪੈ ਗਈਆਂ। ਕਾਫੀ ਵੀ ਭਾਜੀ ਪੈ ਜੂ ਇੰਨੀ ਦੇਰ ਨੂੰ, ਮੈਂ 10 ਕਸਟਮਰ ਨੂੰ ਡੀਲ ਕਰ ਲੈਂਦਾ। ਕਾਫੀ ਵੀ ਪੈ ਜੂ ਉਨੀ, ਉਹਦੇ 'ਚ ਕਾਫੀ ਪਾਲਾ, ਮੇਰੇ ਵੱਲੋਂ ਜ਼ਹਿਰ ਪਾਲਾ, ਜੋ ਮਰਜ਼ੀ ਪਾਲਾ ਭਾਈ। ਜ਼ਹਿਰ ਕਿਉਂ ਪਾਲਾ ਮੈਂ, ਤੁਹਾਡਾ ਫਰਜ਼ ਨਹੀਂ ਬਣਦਾ, ਤੁਸੀਂ ਦੁਕਾਨਦਾਰ ਹੋ, ਤੁਸੀਂ ਦੱਸੋ ਗਾਹਕ ਨੂੰ, ਤੇ ਅਸੀਂ ਵਿੱਚ ਪਾ ਕੇ ਦੇਣੀ ਆ, ਤੂੰ ਹੀ ਪਾਉਣੀ ਆ, ਤੂੰ ਹੀ ਦੱਸਣਾ ਵਾ ਵੀ ਕਿੰਨੇ ਕੱਪ ਦੇ ਵਿੱਚ ਪੈ ਜਾਂਦੇ ਆ। ਉਹ ਭਾਜੀ ਇਹਦੇ 'ਚ 10 ਕੱਪ ਪੈ ਜਾਣੇ, ਮੈਂ ਤੁਹਾਨੂੰ ਦੱਸਦੇ ਰਿਹਾ, ਇਹਨੂੰ ਖੋਲੋ ਤਾਂ ਸਹੀ ਉੱਤੋਂ। ਇਹ ਦੇਖੋ ਇਹ ਸ਼ੀਸ਼ਾ ਇਹਦੇ ਵਿੱਚ ਜਿਹੜਾ ਨਾ, ਅਗਰ ਤਿੜਕ ਵੀ ਜਾਂਦਾ ਕਿਤੇ, ਇਹ ਸ਼ੀਸ਼ਾ ਵੀ ਚੇਂਜ ਹੋ ਜਾਂਦਾ ਇਹਦਾ। ਅਤੇ ਜੇ ਗਾਇਬ ਗਾਇਬ ਗਰਮੀਆਂ ਜਦੋਂ ਆਉਂਦੀਆਂ, ਸ਼ਿਕੰਜਵੀ ਵੀ ਵਿੱਚ ਪੈ ਸਕਦੀ। ਇਹ ਠੰਡਾ ਤੱਤਾ ਹੁੰਦਾ ਭੱਜ ਭਾਈ, ਠੰਡੀ ਚੀਜ਼ ਪਾਏਗਾ ਠੰਡੀ ਰਹੇਗੀ, ਗਰਮ ਪਾਏਗਾ ਗਰਮ ਰਹੇਗੀ। ਸ਼ੀਸ਼ਾ ਇਹਦਾ ਕੁਆਲਿਟੀ 1 ਨੰਬਰ ਆ ਭਾਜੀ, ਇਹ ਦੇਖ ਲਓ। ਅਤੇ ਇਹਦੇ ਨਾਲ ਕੋਈ ਸਿਰ ਸੁਰ ਵੀ ਬੰਦਾ ਵਾਹ ਸਕਦਾ। ਵੈਸੇ ਮੈਨੂੰ ਆਪ ਦੱਸ ਵੀ ਇਹ ਮੂੰਹ ਹੈਗਾ ਸ਼ੀਸ਼ੇ ਵਾਲਾ, ਇਹ ਤਾਂ ਕਿਸੇ ਨੂੰ ਵੀ ਨਹੀਂ ਪੁੱਛਦਾ ਬੰਦਾ ਵੀ ਮੈਂ ਵਾਲ ਵਾਲ ਮੈਂ ਦੇਖੀ ਜ਼ਰਾ ਸ਼ੀਸ਼ਾ ਭੜੀ। ਤੂੰ ਕਾਕਾ ਸਿਰ ਵਾਹੀ ਵੀ ਨਾ, ਤੂੰ ਤਾਂ ਕੰਘਾ ਫੜ ਕੇ ਇੱਥੇ ਲਕੀਰਾਂ ਪਾ ਲੈਣੀਆਂ, ਉਹ ਕਹਿੰਦੇ ਲੱਗਣਾ ਜ਼ੈਬਰਾ ਕ੍ਰਾਸਿੰਗ ਲੱਗੀ ਹੈ। ਇਹ ਸਹੀ ਹੈ, ਇਹ ਕਰਦੀ ਹੈ, ਇਹ ਕਰ ਦਿੰਦੇ ਜੀ, ਠੀਕ ਆ।
ਤੇ ਚਮਚ ਕਟਲਰੀ ਸੈੱਟ ਹੁੰਦਾ ਭਾਈ ਇੱਕ ਉਹ ਇੱਕ ਤੇ ਸਟੀਲ ਦਾ ਹੁੰਦਾ ਇੱਕ ਦੂਸਰਾ ਹੁੰਦਾ ਨਹੀਂ ਨਹੀਂ ਸਟੀਲ ਦਾ ਜਾਂ ਹੋਵੇ ਪਲਾਸਟਿਕ ਦਾ ਹੋਵੇ ਬੱਚੇ ਤੁਹਾਡੇ ਸ਼ਰਾਰਤੀ ਹੈਗੇ ਸਟੀਲ ਦੇ ਹੀ ਲੈ ਲਓ ਤੁਸੀਂ ਸਟੀਲ ਦਾ ਦੇ ਦਿਓ ਤੁਹਾਨੂੰ ਮੇਰੇ ਬੱਚਿਆਂ ਦਾ ਕੀ ਪਤਾ ਵੀ ਸ਼ਰਾਰਤੀ ਨਹੀਂ ਸ਼ਰਾਰਤੀ ਜਿੱਧਰ ਕੁੜੀ ਵਿਆਹੁਣ ਲੱਗਾ ਕਿੰਨੇ ਲੋਕ ਆ ਉਸ ਹਿਸਾਬ ਨਾਲ ਮੈਂ ਚਮਚੇ ਦੇਵਾਂ ਚਮਚੇ ਚਮਚੇ ਕੁਛ ਚੜੇ ਤੇ ਸਹੀ ਚਮਚੇ ਦੇ ਉੱਤੇ ਆ ਕੀ ਉਹਨੇ ਕੀ ਪਾ ਲੇ ਇਹਦੇ ਚ ਚਮਚੇ ਤੇ ਕਰਜ਼ਾ ਚੜ ਜਾਵੇ ਕੀ ਚੜ ਚਮਚੇ ਤੇ ਗੁੜ ਗੁੜ ਮਿੱਟੀ ਤੇ ਚੜੀ ਚਮਚੇ ਤੇ ਹੋਰ ਕੀ ਤਿੰਨ ਜੋੜ ਕੇ ਖਾਵੇ ਹੋ ਐ ਕਰਕੇ ਚੌਲ ਤਿੰਨ ਜੋੜ ਕੇ ਹੈਲੋ ਫਿਰ ਵੱਡੇ ਲੈ ਲਓ ਹੈਲੋ ਇਹ ਲੈ ਲਓ ਚਮਚੇ ਉਹ ਭਾਜੀ ਟੇਬਲ ਸਪੂਨ ਦੀ ਮੈਂ ਗੱਲ ਕਰ ਰਿਹਾ ਵਾਂ ਉਹ ਜਿਹੜੇ ਛੋਟੇ ਚਮਚ ਖਾਣ ਵਾਲੇ ਚਾਵਲ ਤੇ ਖੀਰ ਕਾਂਟੇ ਤੇ ਇਹ ਚੀਜ਼ਾਂ ਤੁਹਾਡੇ ਵੱਲ ਪੱਕਦੀਆਂ ਕੀ ਗੱਲ ਹੈ ਜੀ ਅਸੀਂ ਜੰਗਲਾਂ 'ਚ ਰਹਿੰਦੇ ਭਾਜੀ ਟੇਬਲ ਸਪੂਨ ਚਾਹੀਦੇ ਆ ਯਾਰ ਸਾਰਾ ਕੁਛ ਤੈਨੂੰ ਵਿਖਾਇਆ ਤੈਨੂੰ ਸਪੂਨ ਨਹੀਂ ਆਇਆ ਤੂੰ ਆਰਾਮ ਨਾਲ ਇੱਥੇ ਸਪੂਨ ਨਾ ਬਹਿ ਜਾ ਉਹ ਵੀ ਦਿਖਾ ਦਿੰਦੇ ਯਾਰ ਮੈਂ ਕਹਿੰਦਾ ਤੁਸੀਂ ਨਾ ਲੈ ਉਹਨਾਂ ਨੂੰ ਨਾਲ ਜਿਨ੍ਹਾਂ ਨੇ ਆਪਣਾ ਭਾਬੀ ਹੁਣਾਂ ਨੂੰ ਲੈ ਉਹ ਚਲੋ ਨਾਲ ਇੱਥੇ ਵੇਖ ਲੈਣ ਸਮਾਨ ਸਾਰਾ ਲੈਵਾਂਗੇ ਤੁਸੀਂ ਨਾ ਮੈਨੂੰ ਦਿਖਾਓ ਥੱਲੇ ਇਹਦਾ ਪਲਾਸਟਿਕ ਦੇ ਡਿਨਰ ਸੈੱਟ ਵੀ ਦਿਖਾਓ ਉਹ ਵੀ ਦਿਖਾਉਣੇ ਇਹ ਕਰਦੀ ਹੈ ਸਾਰੇ ਆ ਇਹ ਕਰ ਦਿਓ ਜੂਸਰ ਵੀ ਸਹੀ ਇਹਨਾਂ ਨੂੰ ਸਲਮਾਨ ਸਾਰਾ ਕਰਕੇ ਨਾ ਤੇ ਇਹਨਾਂ ਦਾ ਬਿੱਲ ਸ਼ਿਲ ਬਣਾਓ ਆ ਜਾਓ ਥੱਲੇ ਚਲੋ ਤੇਰੀਆਂ ਗੱਲਾਂ 'ਚ ਨਾ ਮੇਰੀ ਸੋਟੀ ਉੱਤੇ ਰਹਿ ਗਈ ਹੈ ਜਿਹੜਾ ਫੜ ਲੈਂਦੇ ਆ ਭਾਜੀ ਸੋਟੀ ਤੋਂ ਬਗੈਰ ਤੁਰਦੇ ਨਹੀਂ ਤੁਹਾਡੀ ਨਾ ਬੱਕਰੀ ਤਬੀਅਤ ਹੈ ਬੱਕਰੀ ਤਬੀਅਤ ਸੋਟੀ ਬਹੁਤ ਜ਼ਰੂਰੀ ਹੈ ਇਹ ਭਾਜੀ ਡਿਨਰ ਸੈੱਟ ਦੀ ਪਲੇਟਾਂ ਨੇ ਕੌਲੀਆਂ ਨੇ ਡੂੰਘੀਆਂ ਚੌਲਾਂ ਵਾਲੀਆਂ ਸਾਰੀਆਂ ਭਾਈ ਮੈਂ ਦੇਖਿਆ ਵਾ ਹਲਕਾ ਪਲਾਸਟਿਕ ਹੁੰਦਾ ਵਾ ਐਵੇਂ ਡਾਇਨਿੰਗ ਟੇਬਲ ਤੋਂ ਥੱਲੇ ਡਿੱਗਦੀ ਆ ਤੇ ਪਲੇਟ ਟੁੱਟ ਜਾਂਦੀ ਹੈ ਉਹ ਨਹੀਂ ਟੁੱਟਦੀ ਸਲਮਾਨ ਆ ਜ਼ਰਾ ਦੋ ਪਲੇਟਾਂ ਇਹਨੂੰ ਚੈੱਕ ਕਰਾ ਯਾਰ ਇਹ ਕਹਿੰਦਾ ਜੀ ਇੱਥੇ ਟੁੱਟ ਜਾਂਦੀਆਂ ਨੇ ਇਹ ਜ਼ਰਾ ਚੈੱਕ ਕਰਾ ਸਲਮਾਨ ਇਹਨਾਂ ਨੂੰ ਆਹੋ ਭਾਈ ਐਵੇਂ ਟੁੱਟ ਜਾਂਦੀਆਂ ਨੇ ਗੱਲਾਂ ਕਰਦੀਆਂ ਪਤਾ ਨਹੀਂ ਤੁਸੀਂ ਕਿੱਥੋਂ ਲਈਆਂ ਨੇ ਇਹ ਨਹੀਂ ਟੁੱਟਦੀਆਂ ਪਲੇਟਾਂ ਹੈਂਜੀ ਹਾਂਜੀ ਇਹ ਦੇਖੋ ਮੈਨੂੰ ਸਾਰਾ ਜ਼ਿੰਮਾ ਮੇਰੇ ਪੈ ਜਾਣਾ ਵਾ ਅਸੀਂ ਹੁਣ ਇੰਨੀਆਂ ਛੁੱਟੀਆਂ ਹੈਗੀਆਂ ਤੈਨੂੰ ਕੋਈ ਨਾ ਕੋਈ ਲੈਣੀ ਪੈਣੀ ਹੈ ਨਹੀਂ ਨਹੀਂ ਲੱਗ ਪੇਲ ਖੇਲਣ ਡਿਆ ਉਹ ਤੇ ਕਿੱਦਾਂ ਬਰਤਨ ਦਿਖਾਈ ਦੇ ਨਹੀਂ ਅਸੀਂ ਗਾਹਕਾਂ ਨੂੰ ਇੰਜੀ ਦਿਖਾਉਂਦੇ ਹਾਂ ਇਹ ਤੇ ਭਾਜੀ ਤੁਹਾਨੂੰ ਅਜੇ ਪਲੇਟਾਂ ਦਿਖਾਈਆਂ ਉਹ ਯਾਰ ਜੱਗ ਵੀ ਸੁੱਟ ਭਾਈ ਮੈਂ ਨਹੀਂ ਹੈਲੋ ਕੈਂਡ ਬਾਈ ਸਿਰਾ ਸਿਰਾ ਲਾ ਨੈਕਸਟ ਲੈਵਲ ਬਾਈ ਕੋਈ ਤੋੜ ਨਹੀਂ ਯਾਰ ਇਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਦਿੰਦੇ ਆ ਨਾ ਨੈਕਸਟ ਲੈਵਲ ਯਾਰ ਤੋੜ ਹੀ ਨਹੀਂ ਕੋਈ ਲਾਸਟ ਦੇ ਕੁਆਲਿਟੀ ਵੀ ਦਿਖਾਈ ਗਾਡ ਡੈਮ ਹੀ ਆ ਕੰਮ ਗਾਡ ਡੈਮ ਹੀ ਹੋ ਜਾਂਦਾ ਗੱਲ ਬਾਤ ਬਾਈ ਕੈਂਡ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ ਆ ਵੀਡੀਓ ਪ੍ਰੋਪਰ ਇੰਜੋਏ ਕਰਿਓ ਫੈਮਿਲੀ ਵਿੱਚ ਬੈਠ ਕੇ ਦੇਖਣ ਵਾਲੀਆਂ ਵੀਡੀਓਜ਼ ਨੇ ਇਹਨਾਂ ਦੀਆਂ ਨਾਲ ਜੇ ਰਿਐਕਸ਼ਨ ਇੰਜੋਏ ਕਰਨੇ ਆ ਫਿਰ ਵੀ ਕਰ ਸਕਦੇ ਹੋ ਫੈਮਿਲੀ ਵਿੱਚ ਬੈਠ ਕੇ ਦਿਖਾਓ ਵੀਡੀਓਜ਼ ਹੈ ਨਾ ਜਿਹੜੇ ਮਰਜ਼ੀ ਦੇਖੋ ਸਟ੍ਰੈਸ ਲੈਵਲ ਲੋ ਹੁੰਦਾ ਡਿਪਰੈਸ਼ਨ ਲੋ ਹੋਊਗਾ ਤੁਹਾਡਾ ਇਹਨਾਂ ਇੱਕ ਫਨੀ ਕੰਟੈਂਟ ਆ ਪ੍ਰੋਪਰ ਜਿਹਨੂੰ ਕਹਿੰਦੇ ਨਾ ਉਹ ਬਾਕੀ ਦੱਸੋ ਕਿਵੇਂ ਲੱਗੀ ਵੀਡੀਓ ਬਾਕੀ ਟਵਿੱਟਰ ਤੇ ਵੱਧ ਤੋਂ ਵੱਧ ਅਕਾਊਂਟ ਬਣਾਓ ਤੇ ਕਮੈਂਟਾਂ 'ਚ ਵੀ ਹੈਸ਼ਟੈਗ ਯੂਜ਼ ਕਰੋ V1 ਜੱਸੀ ਜਾਨ ਜੱਸੀ ਸਪੋਰਟਸ ਸਿੱਧੂ ਮੂਸੇਵਾਲਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਪ੍ਰੈਸ ਦੀ ਬੈਲ ਆਈਕਨ ਤੇ ਆਲ ਤੇ ਕਰ ਦਿਓ ਕਲਿੱਕ ਤਾਂ ਜੋ ਵੀਡੀਓ ਤੁਹਾਨੂੰ ਨਾਲ ਪਤਾ ਲੱਗ ਸਕੇ ਮਿਲਦੇ ਅਗਲੀ ਵਾਰੀ ਅਡੀਓਜ਼ ਅਮੀਗੋ ਵੇਖਾ ਮੇਰਾ ਇਹ ਅਸੂਲ ਜੇ ਕੋਈ ਪੰਗਾ ਲਊਗਾ ਸੋ ਰੱਬ ਦੀ ਬਣਾ ਕੇ ਮੈਂ ਤਾਂ ਰੇਲ ਭੇਜਣਾ